ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਾਈ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸਬੰਧਤ ਵੀਡੀਓਜ਼ ਅਪਲੋਡ ਕੀਤੀਆਂ ਸੱਜੇ ਸ਼ਾਸ਼ਨ ਦੇ ਵਿੱਚ ਜਾਨੀ ਕਿ ਸੈਕੰਡ ਕਲਾਸ ਜਿਹੜੀ ਸਾਡੀ ਹੈਗੀ ਹੈ ਉਹ ਹਿਸਟਰੀ ਦੀ ਹੈਗੀ ਹੈ ਸੈਕੰਡ ਪਾਰਟ ਹੈਗਾ ਇਸ ਤੋਂ ਪਹਿਲਾਂ ਫਰਸਟ ਪਾਰਟ ਜਿਹੜਾ ਹੈ ਉਹ ਕੰਪਲੀਟ ਹੈ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਸੋ ਇਹਦੀ ਇੱਕ ਅਲੱਗ ਪਲੇ ਪਲੇਲਿਸਟ ਬਣਾਈ ਹੈ ਜੋ ਕਿ 28 ਦਿਨਾਂ ਦੇ ਕੋਰਸ ਵਾਲੇ ਨਾਮ ਨਾਲ ਜਾਣੀ ਜਾਂਦੀ ਹੈ ਜਿਸ ਦੇ ਵਿੱਚ ਸਾਈਕੋ ਦੇ ਅਤੇ ਹੋਰ ਜਿਹੜੇ ਸਬਜੈਕਟ ਪੇਪਰ ਨਾਲ ਰਿਲੇਟਡ ਨੇ ਉਹਨਾਂ ਦੀਆਂ ਸਾਰੀਆਂ ਦੀਆਂ ਵੀਡੀਓ ਉਸ ਦੇ ਵਿੱਚ ਇਨਕਲੂਡ ਕੀਤੀਆਂ ਨੇ ਸੋ ਵੈਰੀ ਇੰਪੋਰਟੈਂਟ ਰਹਿਣ ਬੜੀ ਹੈ ਤੁਹਾਡੇ ਲਈ ਕਿਉਂਕਿ ਸਾਰੇ ਹੀ ਇੰਪੋਰਟੈਂਟ ਕੁਐਸਚਨ ਡਿਸਕਸ ਕਰਾਂਗੇ ਵਨ ਲਾਈਨਰ ਰਹਿਣਗੇ ਜ਼ਿਆਦਾ ਟਾਈਮ ਵ ਸੋ so, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਮਿਲਦੀਆਂ ਰਹਿਣਗੀਆਂ ਸੋ ਗਰੁੱਪ ਫੀਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ 페 ਕਰਕੇ ਉਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ ਸੋ ਫਰਸਟ ਕੁਐਸਚਨ ਹੈ ਜੀ 51 ਨੰਬਰ ਹੈ ਕਿਉਂਕਿ ਪਹਿਲਾਂ ਪਾ ਕੰਪਲੀਟ ਕਰ ਲਏ ਸੀਗੇ ਸੋ ਇੱਕ ਪ੍ਰਸਿੱਧ ਚੋਲ ਰਾਜੇ ਦਾ ਨਾਮ ਸੋ ਚੋਲ ਵੰਸ਼ ਦੇ ਨਾਲ ਸਬੰਧ ਸੀਗੇ ਸੋ ਇਹਨਾਂ ਦੇ ਵਿੱਚੋਂ ਕਿਸੇ ਇੱਕ ਪ੍ਰਸਿੱਧਾ ਨਾਮ ਪੁੱਛਿਆ ਗਿਆ ਹੈਗਾ ਸੋ ਇਹ ਹੈ ਰਾਜਾ ਕਾਰਿਕਲ ਸੋ ਇਹ ਪ੍ਰਸਿੱਧ ਰਾਜਾ ਮੰਨਿਆ ਜਾਂਦਾ ਹੈ ਜੋ ਕਿ ਚੋਲ ਵੰਸ਼ ਦੇ ਨਾਲ ਸਬੰਧ ਰੱਖਦਾ ਸੀਗਾ ਨੈਕਸਟ ਹੈ ਭਾਰਤ ਦਾ ਖੇਤਰਫਲ ਪੱਖੋਂ ਸੰਸਾਰ ਦੇ ਵਿੱਚ ਕਿਹੜਾ ਸਥਾਨ ਹੈ ਜਾਂ ਕਿੰਨਾਵਾਂ ਸਥਾਨ ਮੰਨਿਆ ਜਾਂਦਾ ਹੈ ਖੇਤਰਫਲ ਦੇ ਪੱਖੋਂ ਏਰੀਆ ਦੇ ਪੱਖੋਂ ਓਕੇ ਸੋ ਭਾਰਤ ਦਾ ਜਿਹੜਾ ਖੇਤਰਫਲ ਦੇ ਪੱਖੋਂ ਅਸੀਂ ਗੱਲ ਕਰੀਏ ਤਾਂ ਇਹ ਹੈ ਸੱਤਵਾਂ ਸਥਾਨ ਖੇਤਰਫਲ ਦੇ ਪੱਖੋਂ ਸਾਈਜ਼ ਦੇ ਪੱਖੋਂ ਜਿਹੜਾ ਹੈ ਭਾਰਤ ਦੇ ਵਿੱਚ ਭਾਰ ਜਿਹੜਾ ਹੈ ਉਹ ਸੱਤਵੇਂ ਸਥਾਨ ਤੇ ਆਉਂਦਾ ਹੈ ਸੰਸਾਦ ਦੇ ਵਿੱਚ ਪਹਿਲੇ ਸਥਾਨ ਦੇ ਉੱਪਰ ਰੂਸ ਆਉਂਦਾ ਹੈਗਾ ਓਕੇ ਧਿਆਨ ਰੱਖਣਾ ਕਿ ਜਨਸੰਖਿਆ ਦੇ ਪੱਖੋਂ ਜਿਹੜਾ ਭਾਰਤ ਹੈ ਉਹ ਦੂਸਰੇ ਸਥਾਨ ਤੇ ਹੈ ਤੇ ਪਹਿਲੇ ਸਥਾਨ ਤੇ ਚੀਨ ਜਿਹੜਾ ਹੈ ਉਹ ਆਉਂਦਾ ਹੈ ਜਨਸੰਖਿਆ ਦੇ ਪੱਖੋਂ ਨੈਕਸਟ ਹੈ ਪਾਂਡੇਜ ਰਾਜ ਦੀ ਰਾਜਧਾਨੀ ਦਾ ਨਾਮ ਸੀ ਸੋ ਪਾਂਡੇਜ ਸ਼ਰਾਸ ਸੀ ਜਿਹੜਾ ਉਸ ਦੀ ਰਾਜਧਾਨੀ ਕੈਪੀਟਲ ਜਿਹੜੀ ਸੀ ਉਸ ਦਾ ਨਾਮ ਕੀ ਸੀ ਪਾਂਡੇਜ ਵੰਸ਼ ਦੇ ਵਿੱਚ ਪਾਂਡੇਜ ਰਾਜ ਜਿਹੜਾ ਸੀ ਉਸ ਦੀ ਰਾਜਧਾਨੀ ਸੀਗੀ ਮਾਦੂਰਾ ਸੋ ਇਹ ਰਾਜਧਾਨੀ ਸੀ ਕਿਜੀ ਪਾਂਡੇਜ ਰਾਜ ਦੀ ਵੈਰੀ ਵੈਰੀ ਇੰਪੋਰਟੈਂਟ ਹੈ ਨੈਕਸਟ ਹੈ ਪਾਂਡੇਜ ਰਾਜ ਕਿਸ ਦੇ ਵਪਾਰ ਲਈ ਪ੍ਰਸਿੱਧ ਸੀਗਾ ਸੋ ਉਹਨਾਂ ਦੇ ਸ਼ਾਸਨ ਕਾਲ ਦੌਰਾਨ ਪਾਂਡੇਜ ਦੇ ਸਮੇਂ ਕਿਹੜੇ ਵਪਾਰ ਦੇ ਲਈ ਉਸ ਨੂੰ ਜਾਣਿਆ ਜਾਂਦਾ ਸੀਗਾ ਉਸ ਸਮੇਂ ਦੇ ਵਿੱਚ ਸੋ ਇਹ ਸੀਗਾ ਮੋ ਦੀਆਂ ਦੇ ਵਪਾਰ ਦੇ ਲਈ ਸੋ ਸਭ ਤੋਂ ਵੱਧ ਜਿਹੜਾ ਹੈ ਮੋਤੀ ਬਣਾਏ ਜਾਂਦੇ ਸੀ ਤੇ ਉਹਨਾਂ ਦਾ ਵਪਾਰ ਕੀਤਾ ਜਾਂਦਾ ਸੀ ਪਾਂਡਜ਼ ਲੋਕਾਂ ਦੇ ਦੁਆਰਾ ਪਾਂਡ ਚ ਰਾਜ ਦੇ ਵਿੱਚ ਨੈਕਸਟ ਹੈ ਭਾਰਤ ਵਿੱਚ ਇਸਾਈ ਧਰਮ ਦਾ ਪ੍ਰਸਾਰ ਸਭ ਤੋਂ ਪਹਿਲਾਂ ਕਿੱਥੇ ਹੋਇਆ ਸੀਗਾ ਸੋ ਇਸਾਈ ਜਿਹੜੇ ਕਹਿ ਸਕਦੇ ਹਨ ਮੇਨ ਏਸਟ ਇੰਡੀਆ ਕੰਪਨੀ ਦੇ ਨਾਲ ਆਏ ਸੋ ਇਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਸਥਾਨ ਸੀਗਾ ਭਾਰਤ ਦੇ ਵਿੱਚ ਜਿੱਥੇ ਇਹਨਾਂ ਨੇ ਇਸ ਧਰਮ ਦਾ ਵਿਸਾਰ ਕੀਤਾ ਉਸੇ ਮਾਲਾਬਾਰ ਤੱਟ ਅਤੇ ਚੇਨਈ ਮਦਰਾਸ ਦੇ ਵਿੱਚ ਸੋ ਇਸ ਸਥਾਨ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਈਸਾਈ ਧਰਮ ਦੀ ਜਿਹੜਾ ਹੈ ਪ੍ਰਸਾਰ ਉਹ ਸ਼ੁਰੂ ਹੋਇਆ ਸੀ ਕਿਉਂਕਿ ਅੰਗਰੇਜ਼ ਜਿਹੜੇ ਆ ਉਹ ਸਭ ਤੋਂ ਪਹਿਲਾਂ ਇਨ੍ਹਾਂ ਸਥਾਨਾਂ ਦੇ ਵਿੱਚ ਹੀ ਪਹੁੰਚੇ ਸੀਗੇ ਨੈਕਸਟ ਹੈ 56 ਨੰਬਰ ਕਿਸ ਵਿਦੇਸ਼ੀ ਕਬੀਲੇ ਨੂੰ ਅੰਗਰੇਜ਼ੀ ਦੇ ਵਿੱਚ 파ਰਥੀਅਨ ਕਿਹਾ ਜਾਂਦਾ ਹੈ ਕਿਸ ਵਿਦੇਸ਼ੀ ਕਬੀਲੇ ਨੂੰ ਅੰਗਰੇਜ਼ੀ ਦੇ ਵਿੱਚ 파ਰਥੀਅਨ ਕਿਹਾ ਜਾਂਦਾ ਹੈ ਉਸ ਕਬੀਲੇ ਦਾ ਨਾਮ ਸੀਗਾ ਜਾਂ ਵੰਸ਼ ਦਾ ਨਾਮ ਸੀ ਪੱਲਵ ਸੋ ਪੱਲਵਾਂ ਨੂੰ ਜਿਹੜਾ ਹੈ ਅੰਗਰੇਜ਼ੀ ਦੇ ਵਿੱਚ 파ਰਥੀਅਨ ਕਿਹਾ ਜਾਂਦਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਸੋ ਇਸ ਨੂੰ ਵੈਸੇ ਵੀ ਕੁਐਸਚਨ ਆ ਸਕਦਾ ਹੈ ਸੋ ਧਿਆਨ ਰੱਖਣਾ ਓਕੇ ਨੈਕਸਟ ਹੈ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀਗਾ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ ਸੋ ਰਾਜਾ ਕਨਿਸਕ ਸੀਗਾ ਜਿਹੜਾ ਕਿ ਕੁਸ਼ਾਨ ਵੰਸ਼ ਦੇ ਨਾਲ ਸਬੰਧ ਰੱਖਦਾ ਸੀ ਜਿਨਨੇ ਕੇ ਬੋਧੀ ਮਹਾਸਭਾ ਦੀ ਚੌਥੀ ਮਹਾਸਭਾ ਸੀ ਜਿਹੜੀ ਉਹ ਆਰਗੇਨਾਈਜ਼ ਕਰਵਾਈ ਸੀਗੀ ਓਕੇ ਚੌਥੀ ਬੋਧੀ ਮਹਾਸਭਾ ਨੈਕਸਟ ਹੈ ਗੁਪਤ ਸਮਰਾਜ ਦਾ ਸਭ ਤੋਂ ਮਹਾਨ ਜੇਤੂ ਕੌਣ ਸੀ ਗੁਪਤ ਸਮਰਾਜ ਦਾ ਤਾਂ ਗੁਪਤ ਸਮਰਾਜ ਦੇ ਵਿੱਚ ਸਮੰਦਰ ਗੁਪਤ ਜਿਹੜਾ ਹੈ ਉਹ ਸਭ ਤੋਂ ਮਹਾਨ ਜਿਹੜਾ ਹੈ ਜੇਤੂ ਮੰਨਿਆ ਗਿਆ ਹੈ ਇਸ ਦਾ ਸੰਸਥਾਪਕ ਸੀਗਾ ਚੰਦਰ ਗੁਪਤ ਮੋਰੀਆ ਜਿਹੜਾ ਕਿ ਚਾਣਕਿਆ ਦੇ ਦੁਆਰਾ ਬਣਾਇਆ ਗਿਆ ਸੀਗਾ ਨੈਕਸਟ ਹੈ ਗੁਪਤ ਕਾਲ ਵੇਲੇ ਉੱਤਰੀ ਭਾਰਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਗੁਪਤ ਕਾਲ ਦੇ ਦੌਰਾਨ ਗੁਪਤ ਪੀਰੀਅਡ ਦੇ ਦੌਰਾਨ ਉੱਤਰੀ ਭਾਰਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਰਾਈਟ ਹੈ ਆਰੀਆਵਰਤ ਸੋ ਆਰੀਆਵਰਤ ਕਿਹਾ ਜਾਂਦਾ ਸੀ ਗੁਪਤ ਕਾਲ ਦੇ ਦੌਰਾਨ ਕਿਉਂਕਿ ਆਰੀਆ ਤੋਂ ਬਾਅਦ ਜਿਹੜਾ ਹੈ ਸੌਰੀ ਆਰੀਆ ਵਰਤਹੀ ਜਿਹੜੇ ਆਏ ਸੀਗੇ ਠੀਕ ਹੈ ਨੈਕਸਟ ਹੈ ਆਰੀਆ ਆਏ ਸੀਗੇ ਆਰੀਆ ਦੁਬਾਦ ਨਹੀਂ ਮੀਨਸ ਆਰੀਆ ਲੋਕ ਜਿਹੜੇ ਸੀਗੇ ਉਹਦੇ ਆਧਾਰ ਦੇ ਉੱਪਰ ਗੁਪਤ ਖਾਲ ਦੇ ਵਿੱਚ ਇਸ ਨੂੰ ਆਰੀਆ ਵਰਤ ਕਿਹਾ ਜਾਂਦਾ ਸੀ ਨੈਕਸਟ ਹੈ ਸਮੁੰਦਰ ਗੁਪਤ ਦੇ ਪੁੱਤਰਾਂ ਦੇ ਨਾਮ ਤਾਂ ਸਮੁੰਦਰ ਗੁਪਤ ਦੇ ਪੁੱਤਰਾਂ ਦੇ ਨਾਮ ਸੀਗੇ ਚੰਦਰ ਗੁਪਤ ਦੂਜਾ ਜਿਹੜਾ ਹੈ ਉਸ ਦਾ ਪੁੱਤਰ ਸੀਗਾ ਸੋ ਧਿਆਨ ਰੱਖਣਾ ਕਿ ਚੰਦਰ ਗੁਪਤ ਮੌਰੀਆ ਜਿਹੜਾ ਸੀ ਉਹ ਪਹਿਲਾ ਵੰਸ਼ ਸੀਗਾ ਜਿੱਥੋਂ ਇਸ ਦੀ ਸਥਾਪਨਾ ਹੁੰਦੀ ਹੈਗੀ ਹੈ ਮੌਰੀਆ ਵੰਸ਼ ਦੀ ਗੁਪਤ ਸਮਰਾਜ ਦੀ ਓਕੇ ਚੰਦਰ ਗੁਪਤ ਦੂਜਾ ਜਿਹੜਾ ਹੈ ਉਹ ਸਮੁੰਦਰ ਗੁਪਤ ਦਾ ਤਰਚਿਕ ਨੈਕਸਟ ਹੈ ਚੰਦਰਗੁਪਤ ਦੂਜਾ ਕਿਸ ਧਰਮ ਨੂੰ ਮੰਨਦਾ ਸੀਗਾ ਚੰਦਰਗੁਪਤ ਦੂਜਾ ਸੀ ਜਿਹੜਾ ਉਹ Hindu ਧਰਮ ਨੂੰ ਮੰਨਦਾ ਸੀਗਾ ਵੈਰੀ ਵੈਰੀ ਇੰਪੋਰਟੈਂਟ ਹੈ ਨੈਕਸਟ ਹੈ ਵਿਕਰਮਦਿੱਤਿਆ ਦੀ ਉਪਾਧੀ ਕਿਸ ਗੁਪਤ ਰਾਜੇ ਨੇ ਧਾਰਨ ਕੀਤੀ ਸੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਹੈ ਕਿ ਵਿਕਰਮਦਿੱਤਿਆ ਜਿਹੜਾ ਹੈ ਉਹ ਕਿਸ ਨੂੰ ਕਿਹਾ ਜਾਂਦਾ ਸੀ ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਵਿਕਰਮਦਿੱਤਿਆ ਜਿਹੜਾ ਹੈ ਉਹਦੀ ਉਪਾਧੀ ਕਿਹੜੇ ਗੁਪਤ ਰਾਜੇ ਨੇ ਧਾਰਨ ਕੀਤੀ ਸੀ ਸੋ ਉਸਦਾ ਨਾਮ ਸੀ ਚੰਦਰਗੁਪਤ ਦੂਜਾ ਸੋ ਇਸ ਨੇ ਚੰਦ ਵਿਕਰਮਦਿੱਤਿਆ ਦੀ ਜਿਹੜੀ ਉਪਾਧੀ ਹੈ ਉਤਾਰਨ ਕੀਤੀ ਸੀਗੀ ਚੰਦਰਗੁਪਤ ਦੂਜੇ ਨੇ ਨੈਕਸਟ ਹੈ ਗੁਪਤ ਕਾਲ ਵੇਲੇ ਜ਼ਿਲ੍ਹਿਆਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ ਗੁਪਤ ਕਾਲ ਦੇ ਵਿੱਚ ਜਿਹੜੇ ਜ਼ਿਲ੍ਹੇ ਹੁੰਦੇ ਸੀਗੇ ਉਹਨਾਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ ਸੋ ਵਿਸ਼ੇਸ਼ ਕਿਹਾ ਜਾਂਦਾ ਸੀਗਾ ਜੀ ਓਕੇ ਜ਼ਿਲ੍ਹਿਆਂ ਨੂੰ ਜ਼ਿਲ੍ਹਿਆਂ ਨੂੰ ਵਿਸ਼ੇਸ਼ ਕਿਹਾ ਜਾਂਦਾ ਸੀਗਾ ਗੁਪਤ ਕਾਲ ਦੇ ਵਿੱਚ ਨੈਕਸਟ ਹੈ ਚੰਦਰਗੁਪਤ ਦੂਜੇ ਦੇ ਸਮੇਂ ਕਿਹੜਾ ਚੀਨੀ ਯਾਤਰੀ ਜਿਹੜਾ ਸੀ ਉਹ ਭਾਰਤ ਪਹੁੰਚਿਆ ਸੀ ਚੰਦਰਗੁਪਤ ਦੂਜੇ ਦੇ ਸਮੇਂ ਕਿਹੜਾ ਚੀਨੀ ਯਾਤਰੀ ਸੀ ਜੋ ਭਾਰਤ ਪਹੁੰਚਿਆ ਸੀ ਉਸ ਦਾ ਨਾਮ ਸੀ ਫਾਈ ਜਾਨ ਸੋ ਫਾਈ ਜਾਨ ਸੀ ਜਿਹੜਾ ਉਹ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਦੇ ਵਿੱਚ ਆਇਆ ਸੀਗਾ ਯਾਤਰਾ ਕਰਨ ਦੇ ਲਈ ਤੇ ਬਹੁਤ ਸਾਰੇ ਰਿਕਾਰਡ ਜਿਹੜੇ ਉਹ ਲਿਖ ਕੇ ਲੈ ਗਿਆ ਸੀ ਨੈਕਸਟ ਹੈ ਗੁਪਤ ਕਾਲ ਵੇਲੇ ਲੋਕਾਂ ਦਾ ਮੁੱਖ ਕਿਤਾ ਕੀ ਸੀ ਗੁਪਤ ਕਾਲ ਦੇ ਵਿੱਚ ਵੀ ਜਿਹੜਾ ਲੋਕਾਂ ਦਾ ਮੁੱਖ ਕਿਤਾ ਹੈ ਉਹ ਖੇਤੀਬਾੜੀ ਹੀ ਰਹੀ ਸੀ ਧਿਆਨ ਰੱਖਣਾ ਕਿ ਸਾਡੇ ਭਾਰਤ ਦੇ ਵਿੱਚ ਮੋਸਟਲੀ ਜਿਹੜਾ ਹੈ ਕੀਤਾ ਉਹ ਖੇਤੀਬਾੜੀ ਹੀ ਰਿਹਾ ਹੈ ਸੋ ਅੱਜ ਵੀ ਮੋਸਟਲੀ ਲੋਕ ਜਿਹੜੇ ਹੈਗੇ ਨੇ ਉਹ ਖੇਤੀਬਾੜੀ ਦੇ ਨਾਲ ਹੀ ਜਿਹੜਾ ਜੁੜੇ ਹੋਏ ਹੈਗੇ ਨੇਗੇ ਨੈਕਸਟ ਹੈ ਨਾਟਕ ਸ਼ੁਕੰਤਲਾ ਅਤੇ ਕਾਵ ਮੇਘਦੂਤ ਇੱਕ ਕਿਸਤੇ ਦੁਆਰਾ ਲਿਖੇ ਗਏ ਨੇ ਸੋ ਮੇਘਦੂਤ ਕਾਫੀ ਇੰਪੋਰਟੈਂਟ ਹੈ ਅਤੇ ਸ਼ੁਕੰਤਲਾ ਨਾਟਕ ਵੀ ਅਕਸਰ ਜਿਹੜਾ ਆਉਂਦਾ ਰਹਿੰਦਾ ਹੈ ਪੇਪਰ ਦੇ ਵਿੱਚ ਕਿ ਕਿਸ ਦੇ ਦੁਆਰਾ ਲਿਖਿਆ ਗਿਆ ਹੈ ਸੋ ਰਾਈਟੈਸਟ ਆਨਸਰ ਕਾਲੀਦਾਸ ਠੀਕ ਹੈ ਸੋ ਕਾਲੀਦਾਸ ਦੇ ਦੁਆਰਾ ਲਿਖੇ ਗਿਆ ਸੀਗਾ ਜੀ ਨਾਟਕ ਸ਼ੁਕੰਤਲਾ ਅਤੇ ਕਾਵੀ ਕਾਵ ਮੇਘਦੂਤ ਨੈਕਸਟ ਹੈ ਪ੍ਰithvi ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਇਸ ਬਾਰੇ ਜਿਹੜਾ ਹੈ ਜਾਣਕਾਰੀ ਕਿਸ ਭਾਰਤੀ ਵਿਗਿਆਨੀ ਨੇ ਦਿੱਤੀ ਅਗਰ ਅਸੀਂ ਸੰਸਾਰ ਦੇ ਵਿੱਚ ਗੱਲ ਕਰੀਏ ਤਾਂ ਅਗਲੇ ਲਿਓ ਵਰਗੇ ਸੀਗੇ ਜਿਨ੍ਹਾਂ ਨੇ ਹਨ ਸਭ ਤੋਂ ਪਹਿਲਾਂ ਇਹਨਾਂ ਦੀ ਜਾਣਕਾਰੀ ਦਿੱਤੀ ਸੀਗੀ ਕਿ ਕੋਪਰਨਿਕਸ ਸੀਗਾ ਸੋਰੀ ਸਭ ਤੋਂ ਪਹਿਲਾਂ ਜਿਸ ਨੇ ਇਹ ਜਾਣਕਾਰੀ ਦਿੱਤੀ ਸੀਗੀ ਸੰਸਾਰ ਦੇ ਵਿੱਚ ਕਿ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ ਕੋਪਰਨਿਕਸ ਸੀਗਾ ਠੀਕ ਹੈ ਜਿਹਦੇ ਬਦਲੇ ਉਸ ਨੂੰ ਮੌਤ ਦੀ ਖੜ ਜਾਣਾ ਪਿਆ ਸੀ ਅਗਰਸਿਪਾਰ ਦੀ ਗੱਲ ਕਰੀਏ ਕਿ ਭਾਰਤ ਦਾ ਜਿਹੜਾ ਵਿਗਿਆਨੀ ਜਿਸ ਨੇ ਦੱਸਿਆ ਕਿ ਪ੍ਰithvi ਜਿਹੜੀ ਹੈ ਉਹ ਸੂਰਜ ਦੇ ਦੁਆਲੇ ਚੱਕਰ ਕੱਢਦੀ ਹੈ ਉਹ ਸੀ ਆਰੀਆ ਭਟ ਜਿਸ ਨੇ ਕਿ ਜ਼ੀਰੋ ਦੀ ਖੋਜ ਕੀਤੀ ਸੀਗੀ ਠੀਕ ਹੈ ਜੀ ਔਰ ਇਸ ਦੇ ਨਾਮ ਦੇ ਉੱਪਰ ਜਿਹੜਾ ਹੈ ਸੈਟਲਾਈਟ ਵੀ ਛੱਡਿਆ ਗਿਆ ਸੀਗਾ ਨੈਕਸਟ ਹੈ ਗੁਪਤ ਕਾਲ ਦੇ ਵਿੱਚ ਸੋਨੇ ਦੇ ਸਿੱਕਿਆਂ ਨੂੰ ਕੀ ਕਿਹਾ ਜਾਂਦਾ ਸੀਗਾ ਗੁਪਤ ਪੀਰੀਅਡ ਦੇ ਦੌਰਾਨ ਸੋਨੇ ਦੇ ਜਿਹੜੇ ਸਿੱਕੇ ਸੀ ਉਹਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਸੋ ਇਹ ਸੀਗਾ ਦਿਨਾਰ ਦਿਨਾਰ ਹੁੰਦਾ ਸੀ ਜਿਹੜਾ ਸੋਨੇ ਦਾ ਸਿੱਕਾ ਹੁੰਦਾ ਸੀਗਾ ਗੁਪਤ ਕਾਲ ਦੇ ਦੌਰਾਨ ਜਿਸ ਤੇ ਨਾਲ ਜਿਹੜਾ ਸਮਾਨ ਖਰੀਦਿਆ ਤੇ ਵੇਚਿਆ ਜਾਂਦਾ ਸੀ ਨੈਕਸਟ ਹੈ ਲੋਹ ਸਤੰਭ ਕਿਸ ਸਥਾਨ ਤੇ ਹੈ ਸੋ ਲੋਹੇ ਦਾ ਬਣਿਆ ਹੋਇਆ ਸਤੰਭ ਜਿਹੜਾ ਹੈ ਉਹ ਕਿਹੜੇ ਸਥਾਨ ਵਿਖੇ ਮਿਲਦਾ ਹੈ ਸੋ ਇਹ ਮਰੋਲੀ ਵਿਖੇ ਹੈ ਜੋ ਕਿ ਦਿੱਲੀ ਦੇ ਵਿੱਚ ਸਥਿਤ ਹੈਗਾ ਓਕੇ ਦਿੱਲੀ ਦੇ ਵਿੱਚ ਸਥਿਤ ਹੈ ਮਰੋਲੀ ਉਸ ਸਥਾਨ ਵਿਖੇ ਸਥਿਤ ਹੈ ਲੋਹ ਸਤੰਭ ਜਿਹੜਾ ਕਿ ਅੱਜ ਵੀ ਐਜ਼ ਇਟ ਇਹੀ ਖੜਾ ਹੈ ਕਿਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਸੋ ਇਹ ਸਭ ਤੋਂ ਇੰਪੋਰਟੈਂਟ ਹੈ ਤੇ ਸਭ ਤੋਂ ਸੌਖਾ ਵੀ ਹੈ ਸੋ ਇਹ ਗੁਪਤ ਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਦੌਰਾਨ ਲੋਕਾਂ ਨੂੰ ਬੜਾ ਜਿਹੜਾ ਹਨਾ ਕਿਸੇ ਦੇ ਡਿਵੈਲਪ ਹੋਣ ਦਾ ਮੌਕਾ ਮਿਲਿਆ ਤੇ ਇੱਕ ਅਜਿਹਾ ਸਮਾਂ ਸੀ ਇਹ ਵੀ ਕਹਿ ਸਕਦੇ ਆ ਕਿ ਲੋਕ ਇੰਨੇ ਜਿਹੜਾ ਇਮਾਨਦਾਰ ਸੀਗੇ ਇੱਥੇ ਚੋਰੀ ਨਹੀਂ ਹੁੰਦੀ ਸੀ ਲੋਕ ਸੀਗੇ ਜਿਹੜੇ ਉਹ ਘਰਾਂ ਨੂੰ ਬਿਨਾਂ ਤਾਲਾ ਲਾਇਆ ਜਿਹੜਾ ਜਾ ਸਕਦੇ ਸੀਗੇ ਇਸੇ ਕਾਰਨ ਕਰਕੇ ਵੀ ਕਿਹਾ ਜਾਂਦਾ ਲੋਕ ਬੜੇ ਖੁਸ਼ ਸੀਗੇ ਕਿਉਂਕਿ ਜਿੰਨੇ ਵੀ ਸ਼ਾਸਕ ਹੋਏ ਸੀ ਖਾਸ ਤੌਰ ਤੇ ਅਸ਼ੋਕ ਸੀਗਾ ਜਿਹੜਾ ਹਨਾ ਉਹਨੇ ਬੜਾ शलंघा जो काम किए युद्ध में त्याग के लोगों के भले के उपर जोड़ा है फोकस किया नैक्सट है हर्षवर्धन काल किन्ने तो किन्ने समय तक का है हर्षवर्धन का जोड़ा काल है वह किन्ने तो किने समय तक दया है सो हर्षवर्धन से जोड़ा वो छे सौ तो लेकर छे सौ पाँह ईस्वी तक रहा हर्षवर्धन ठीक है जो कि राजा सगा नैक्सट है राजा हर्षवर्धन राज कदों बैठा सो हमने दसिया है ना अपना छे सौ 6 ਇਸਵੀ ਦੇ ਵਿੱਚ ਓਕੇ ਰਖਣਾ ਹੈ ਹਰਸ਼ਵਧਨ ਦਾ ਕਾਲ ਕਿੰਨੇ ਤੋਂ ਕਿੰਨੇ ਸੀਗਾ 600 ਤੋਂ ਲੈ ਕੇ 650 ਤੱਕ ਸੀਗਾ ਅੱਗੇ ਰਾਜਾ ਹਰਸ਼ਵਰਧਨ ਹੁੰਦਾ ਹੈ ਸੋ ਇਹਦਾ ਜਿਹੜਾ ਹੈ ਰਾਜਾ ਹਰਸ਼ਵਧਨ ਸੀ ਜਿਹਦੇ ਨਾਮ ਦੇ ਉੱਪਰ ਇਸਦਾ ਨਾਮ ਹਰਸ਼ਵਧਨ ਪਿਆ ਸੀਗਾ ਸੋ ਇਹੇ ਰਾਜਗਦੀ ਤੇ ਬੈਠਾ ਸੀ 606 ਇਸਵੀ ਦੇ ਵਿੱਚ ਨੈਕਸਟ ਹੈ ਹਰਸ਼ਵਰਧਨ ਦੇ ਭਰਾ ਦਾ ਨਾਮ ਕੀ ਸੀਗਾ ਹਰਸ਼ਵਰਧਨ ਦੇ ਭਰਾ ਦਾ ਨਾਮ ਸੀ ਰਾਜਵਰਧਨ ਸਾਰਿਆਂ ਦੇ ਨਾਮ ਵਰਧਨ ਹੀ ਲੱਗਦਾ ਹੈ ਪਹਿਲਾਂ ਹਰਸ਼ ਸੀਗਾ ਫਿਰ ਇਸ ਤੋਂ ਬਾਅਦ ਵਰਧਨ ਰਾਜਵਰਧਨ ਆ ਜਾਂਦਾ ਹੈ ਨੈਕਸਟ ਹੈ ਹਰਸ਼ਵਦਨ ਦੀ ਮੌਤ ਕਦੋਂ ਹੋਈ ਸੋ ਹਰਸ਼ਵਦਨ ਦੀ ਜਿਹੜੀ ਮੌਤ ਸੀਗੀ ਉਹ ਲਗਭਗ 647 ਈਸਵੀ ਦੇ ਵਿੱਚ ਹੋਈ ਸੀਗੀ ਹਰਸ਼ਵਦਨ ਦੀ ਔਰ ਦੰਤ ਸਾਲ ਇਸ ਤੋਂ ਬਾਅਦ ਜਿਹੜਾ ਹੋਰ ਸ਼ਾਸਕ ਰਹੇ ਸੀਗੇ ਰਾਜਾ ਸੰਸ਼ਾਕ ਕਿੱਥੋਂ ਦਾ ਰਾਜਾ ਸੀਗਾ ਰਾਜਾ ਸੰਸ਼ਾਕ ਕਿੱਥੋਂ ਦਾ ਰਾਜਾ ਸੀ ਸੋ ਇਹ ਬੰਗਾਲ ਦਾ ਰਾਜਾ ਸੀਗਾ ਜੀ ਵੈਰੀ ਵੈਰੀ ਇੰਪੋਰਟੈਂਟ ਹੈ ਰਾਜਾ ਸੰਸ਼ਾਕ ਕਿੱਥੋਂ ਦਾ ਸੀ ਬੰਗਾਲ ਦਾ ਰਾਜਾ ਸੀ ਨੈਕਸਟ ਹੈ ਛੇਤਨ ਨੰਬਰ ਹਰਸ਼ਵਦਨ ਕਾਲ ਦੇ ਪ੍ਰਸਿੱਧ ਵਿਸ਼ਵ ਵਿਦਿਆਲੇ ਦਾ ਨਾਮ ਦੱਸੋ ਜੋ ਬਿਹਾਰ ਦੇ ਵਿੱਚ ਸਥਿਤ ਸੀ ਵਰਤਮਾਨ ਸਮੇਂ ਵੀ ਸਥਿਤ ਅਵਸ਼ੇਸ਼ ਜਿਹੜੇ ਉਹ ਪਏ ਹੋਏ ਹੈਗੇ ਨੇ ਸੋ ਜੀ ਨਲੰਦਾ ਯੂਨੀਵਰਸਿਟੀ ਜਾਂ ਨਲੰਦਾ ਵਿਸ਼ਵ ਵਿਦਿਆਲੇ ਜਿਹੜਾ ਕਿ ਬਿਹਾਰ ਦੇ ਵਿੱਚ ਸਥਿਤ ਸੀ ਅਤੇ ਹਰਸ਼ਵਦਨ ਦੇ ਸਮੇਂ ਸੀਗਾ ਓਕੇ ਇੱਥੇ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਪੜਨ ਹੁੰਦੇ ਸੀ ਸਾਰੇ ਹੀ ਸਬਜੈਕਟ ਇੱਥੇ ਜਿਹੜੇ ਤਕਰੀਬਨ ਪੜ੍ਹਾਏ ਜਾਂਦੇ ਸੀ ਬਹੁਤ ਦੂਰੋਂ ਜਿਹੜੇ ਨੇ ਯਾਨਕਿ ਪੂਰੇ ਸੰਸਾਰ ਦੇ ਵਿੱਚੋਂ ਲੋਕ ਇਸਤਾਨ ਦੇ ਵਿੱਚ ਸਿੱਖਿਆ ਲੈਣਦੇ ਆਉਂਦੇ ਸੀਗੇ ਹਰਸ਼ਵਦਨ ਕਾਲ ਦੇ ਸਮੇਂ ਲੋਕਾਂ ਦਾ ਮੁੱਖ ਧੰਦਾ ਕੀ ਸੀ ਸੋ ਖੇਤੀਬਾੜੀ ਹੀ ਰਿਹਾ ਹੈ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਨੈਕਸਟ ਹੈ ਹਰਸ਼ਵਦਨ ਨੇ ਸੰਸਕ੍ਰਿਤ ਦੇ ਵਿੱਚ ਕਿੰਨੇ ਨਾਟਕ ਲਿਖੇ ਸੀ ਕਿਸੇ ਇੱਕ ਦਾ ਨਾਮ ਵੀ ਜਿਹੜਾ ਹੈ ਉਹ ਮੈਂਸ਼ਨ ਕਰੋ ਹਰਸ਼ਵਰਧਨ ਤੇ ਹਰਸ਼ਵਰਧਨ ਦੇ ਦੁਆਰਾ ਟੋਟਲ ਸੰਸਕ੍ਰਿਤ ਦੇ ਵਿੱਚ ਜਿਹੜਾ ਹੈ ਤਿੰਨ ਨਾਟਕ ਲਿਖੇ ਗਏ ਸੀਗੇ ਜਿਦੇ ਵਿੱਚ ਰਤਨਾਵਲੀ ਪ੍ਰਿਆਦਰਸ਼ਕਾ ਅਤੇ ਨਾਗਾਨੰਦ ਇਹ ਤਿੰਨ ਨਾਟਕ ਜਿਹੜੇ ਆ ਉਹ ਮੰਨੇ ਜਾਂਦੇ ਹੈਗੇ ਨੇ ਓਕੇ ਇਹ ਤਿੰਨੋ ਹੀ ਸੰਸਕ੍ਰਿਤ ਦੇ ਵਿੱਚ ਸੀਗੇ ਨੈਕਸਟ ਹੈ ਹਰਸ਼ਵਦਨ ਦਾ ਜੀਜਾ ਕਿਹੜੇ ਵੰਸ਼ ਦੇ ਨਾਲ ਸਵੰਤ ਸੀ ਜਾਂ ਕਿਹੜੇ ਵੰਸ਼ ਦਾ ਰਾਜਾ ਸੀ ਹਰਸ਼ਵਦਨ ਦਾ ਜੀਜਾ ਸੀ ਮੁਖੌਰੀ ਵੰਸ਼ ਦਾ ਰਾਜਾ ਨੈਕਸਟ ਹੈ 80 ਨੰਬਰ ਰਾਜਾ ਸੰਸ਼ਾਕ ਨੂੰ ਰਾਜਾ ਸੰਸ਼ਾਕ ਜੋ ਕਿ ਬੰਗਾਲ ਦਾ ਸ਼ਾਸਕ ਸੀ ਉਸ ਨੂੰ ਕਿਸ ਨੇ ਮਾਰਿਆ ਸੋ ਹਰਸ਼ਵਦਨ ਦੇ ਦੁਆਰਾ ਇਸ ਨੂੰ ਮਾਰਿਆ ਗਿਆ ਸੀਗਾ ਓਕੇ ਨੈਕਸਟ ਹੈ ਹਰਸ਼ਵਦਨ ਦੀਆਂ ਸਫਲਤਾਵਾਂ ਦਾ ਵਰਣਨ ਉਸਦੇ ਦਰਬਾਰੀ ਕਵੀ ਬਾਣਪਟ ਨੇ ਕਿਸ ਪੁਸਤਕ ਦੇ ਵਿੱਚ ਕੀਤਾ ਹਰਸ਼ਵਦਨ ਦੇ ਸਮੇਂ ਬਾਨਪਟੋਸਤਾ ਪ੍ਰਸਿੱਧ ਕਵੀ ਦਰਬਾਰੀ ਸੀਗਾ ਜਿਸ ਨੇ ਰਚਨਾ ਕੀਤੀ ਸੀ ਹਰਸ਼ ਚరిత్ర ਇਸ ਪੁਸਤਕ ਦੇ ਵਿੱਚ ਉਸਨੇ ਹਰਸ਼ਵਦਨ ਦੀਆਂ ਜਿਹੜੀਆਂ ਸਫਲਤਾਵਾਂ ਸੀ ਉਹਦਾ ਜ਼ਿਕਰ ਕੀਤਾ ਸੀ ਜਿੱਥੋਂ ਸਾਨੂੰ ਜਾਣਕਾਰੀ ਮਿਲਦੀ ਹੈ ਇਸ ਬਾਰੇ ਹਰਸ਼ਵਦਨ ਦੇ ਰਾਜ ਦੇ ਰਾਜਕਾਲ ਦੇ ਵਿੱਚ ਕਿਸ ਪ੍ਰਸਿੱਧ ਜਤ ਪ੍ਰਸਿੱਧ ਚੀਨੀ ਯਾਤਰੀ ਨੇ ਭਾਰਤ ਦੇ ਵਿੱਚ ਯਾਤਰਾ ਕੀਤੀ ਸੀ ਸੋ ਇਹ ਸੀਗਾ ਹਿਊਨ ਸੰਗ ਸੋ ਇਸਨੇ ਜਿਹੜਾ ਹੈ ਯਾਤਰਾ ਕੀਤੀ ਸੀ ਭਾਰਤ ਦੀ ਓਕੇ ਅਰਨਲੰਦਾ ਯੂਨੀਵਰਸਿਟੀ ਦੇ ਵਿੱਚ ਇਸਨੇ ਜਿਹੜੀ ਹੈ ਐਜੂਕੇਸ਼ਨ ਵੀ ਲਈ ਸੀਗੀ ਓਕੇ ਹਰਸ਼ਵਦਨ ਦੇ ਰਾਜਕਾਲ ਦੇ ਦੌਰਾਨ ਇਹ ਆਇਆ ਸੀਗਾ ਨੈਕਸਟ ਹੈ ਕਿਹੜੇ ਸ਼ਾਸਕ ਨੇ ਆਹੋਲ ਬਤਾਪੀ ਤੇ ਪਟ ਦਕਲ ਜਿਹੜੀ ਹੈ ਉਹ ਕਈ ਪ੍ਰਸਿੱਧ ਮੰਦਰ ਬਣਵਾਏ ਕਿਹੜੇ ਸ਼ਾਸਕ ਨੇ ਆਹੋਲ ਬਤਾਪੀ ਅਤੇ ਪਟ ਦਕਲ ਜਿਹੜੀ ਹੈ ਪ੍ਰਸਿੱਧ ਮੰਦਰ ਬਣਵਾਏ ਸੋ ਚਾਲਕੂਆ ਸ਼ਾਸਕਾਂ ਨੇ ਜਿਹੜਾ ਹੈ ਇਹ ਦੋ ਮੰਦਰ ਬਣਾਏ ਆਹੋਲ ਬਤਾਪੀ ਅਤੇ ਪਟਕ ਦਕਲ ਜਿਹੜੇ ਆ ਦੋ ਮੰਦਰ ਸੀਗੇ ਜਿਨ੍ਹਾਂ ਨੂੰ ਚਾਲਕੂਆ ਵੰਸ਼ ਦੇ ਦੁਆਰਾ ਬਣਾਇਆ ਗਿਆ ਸੀਗਾ ਜਾਂ ਚਾਲਕੂਏ ਸ਼ਾਸਨ ਦੇ ਦੁਆਰਾ ਸਿੰਘ ਵਰਮਨ ਨੇ ਕਦੋਂ ਪੱਲਵ ਵੰਸ਼ ਦੀ ਨੀਂਹ ਰੱਖੀ ਸੋ ਸਿੰਘ ਵਰਮਨ ਉਹ ਸੀਗਾ ਜਿਸ ਨੇ ਪੱਲਵ ਵੰਸ਼ ਦੀ ਨੀਂਹ ਰੱਖੀ ਸੀ ਜਿਹਨੂੰ ਪਾਰਸੀ ਇਨ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਸੀਗਾ ਸੋ ਇਸ ਦੀ ਜਿਹੜੀ ਨੀਂਹ ਰੱਖੀ ਸੀ ਉਹ 6ਵੀਂ ਸਦੀ ਦੇ ਵਿੱਚ ਰੱਖੀ ਗਈ ਸੀਗੀ ਸਿੰਘ ਵਰਮਨ ਦੇ ਦੁਆਰਾ ਪੱਲਵ ਵਸ਼ ਪਾਰਥੀਅਨ ਵੰਸ਼ ਦੀ ਜਿਹੜੀ ਸਥਾਪਨਾ ਸੀ ਨੈਕਸਟ ਹੈ ਪੁਲਕੇਸ਼ਨ ਦੂਜਾ ਕਿਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਜਾਂ ਸਭ ਤੋਂ ਪ੍ਰਸਿੱਧ ਰਾਜਾ ਸੀਗਾ ਪੁਲਕੇਸ਼ਨ ਦੂਜਾ ਸੀਗਾ ਚਾਲਕੀਏ ਵੰਸ਼ ਦੇ ਨਾਲ ਸੰਬੰਧਿਤ ਪੁਲਕੇਸ਼ਨ ਦੂਜਾ ਸੀ ਜਿਹੜਾ ਉਹ ਵੜਾ ਚਾਲਕਯਾ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਮੰਨਿਆ ਜਾਂਦਾ ਸੀ। ਨੈਕਸਟ ਹੈ 86 ਨੰਬਰ ਚੀਨੀ ਯਾਤਰੀ ਹਿਉਨ ਸੰਗ ਭਾਰਤ ਦੇ ਵਿੱਚ ਕਿਸ ਰਾਜੇ ਦੇ ਰਾਜਕਾਲ ਵਿੱਚ ਆਇਆ? ਚੀਨੀ ਯਾਤਰੀ ਹਿਉਨ ਸੰਗ ਭਾਰਤ ਦੇ ਵਿੱਚ ਕਿਸ ਰਾਜੇ ਦੇ ਰਾਜਕਾਲ ਵਿੱਚ ਆਇਆ? ਹੁਣੇ ਆਪਾਂ ਗੱਲ ਕੀਤੀ ਸੀ ਹਨਾ ਸੋ ਇਸ ਤੋਂ ਇਲਾਵਾ ਇਹ ਫੁਲ ਲੋਕੇਸ਼ਨ ਦੂਜੇ ਦੇ ਜਿਹੜਾ ਕਾਰਜਕਾਲ ਦੇ ਜਨਨ ਆਇਆ ਸੀਗਾ ਫੁਲ ਲੋਕੇਸ਼ਨ ਦੂਜੇ ਦੇ ਨੈਕਸਟ ਹੈ ਚਾਲਕਯਾ ਵੰਸ਼ ਦਾ ਅੰਤ ਕਦੋਂ ਹੋਇਆ? ਸੋ ਚਾਲਕਯਾ ਵੰਸ਼ ਦਾ ਅੰਤ ਹੋਇਆ 800 ਇਸਵੀ ਸਦੀ ਦੇ ਮੱਧ ਦੇ ਵਿੱਚ 800 ਇਸਵੀ ਦੇ ਮੱਧ ਦੇ ਵਿੱਚ ਜਿਹੜਾ ਹੈ ਚਾਲੁਕੇ ਵੰਸ਼ ਦਾ ਅੰਤ ਹੋ ਜਾਂਦਾ ਹੈ ਤੇ ਨੈਕਸਟ ਕੁਐਸਚਨ ਹੈ 6ਵੀਂ ਸਦੀ ਦੇ ਅੰਤ ਦੇ ਵਿੱਚ ਪੱਲਵ ਵੰਸ਼ ਦੀ ਨਹੀਂ ਕਿਸ ਨੇ ਰੱਖੀ 6ਵੀਂ ਸਦੀ ਦੇ ਅੰਤ ਦੇ ਵਿੱਚ ਪੱਲਵ ਵੰਸ਼ ਦੀ ਨਹੀਂ ਰੱਖੀ ਸੀਗੀ ਸਿੰਘ ਵਰਮਨ ਨੇ ਜੋ ਕਿ ਲਾਸਟ ਕੁਐਸਚਨ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਨੈਕਸਟ ਹੈ ਪੱਲਵ ਮੁੱਖ ਤੌਰ ਤੇ ਕਿਹੜੇ ਧਰਮ ਨੂੰ ਮੰਨਦੇ ਸੀ ਸੋ ਪੱਲਵ ਜਿਹੜੇ ਸੀਗੇ ਜਿਹਨੂੰ ਜਿਹੜੀ ਸਤਾਪਨਾ ਸਿੰਘ ਵਰਮਨ ਨੇ ਕੀਤੀ ਸੀ 6ਵੀਂ ਸਦੀ ਈਸਵੀ ਦੇ ਵਿੱਚ ਸੋ ਇਹ ਮੰਨਦੇ ਸੀਗੇ ਜੈਨ ਧਰਮ ਨੂੰ ਤੇ ਸ਼ੈਵ ਧਰਮ ਨੂੰ ਠੀਕ ਹੈ ਜਨ ਕਿ ਸ਼ਿਵ ਦੇ ਜਿਹੜੇ ਅਨੁਜਾਇ ਸੀਗੇ ਇਹਨਾਂ ਨੂੰ ਮੰਨਦੇ ਸੀਗੇ ਪੱਲਵ ਰਾਜਾਂ ਦੁਆਰਾ ਮਹਾਬਲੀपुरम ਵਿੱਚ ਬਣਾਇਆ ਗਿਆ ਪ੍ਰਸਿੱਧ ਮੰਦਿਰ ਭਾਰ ਦੇ ਕਿਸ ਰਾਜ ਦੇ ਵਿੱਚ ਹੈ ਓਕੇ ਪੱਲਵ ਰਾਜਾਂ ਦੁਆਰਾ ਮਹਾਬਲੀपुरम ਵਿੱਚ ਬਣਾਇਆ ਗਿਆ ਪ੍ਰਸਿੱਧ ਮੰਦਿਰ ਭਾਰ ਦੇ ਕਿਸ ਰਾਜ ਦੇ ਵਿੱਚ ਹੈ ਸੋ ਇਹ ਹੈ ਤਾਮਿਲਨਾਡੂ ਰਾਜ ਦੇ ਵਿੱਚ ਚਾਵਲਨਾਡੂ ਰਾਜ ਦੇ ਵਿੱਚ ਮਹਾਪਲੀਪੁਰਮ ਓਕੇ ਨੈਕਸਟ ਹੈ 91 ਨੰਬਰ ਪੱਲਵ ਸ਼ਾਸਕ ਸਮੇਂ ਕ੍ਰਾਂਚੀ ਵਿਖੇ ਵਿਦਵਾਨਾਂ ਦੁਆਰਾ ਲਿਖੀਆਂ ਦੋ ਪ੍ਰਸਿੱਧ ਜਾਂ ਮਹੱਤਮ ਪੁਸਤਕਾਂ ਮਹੱਤਮ ਪੁਨ ਪੁਸਤਕਾਂ ਦੇ ਨਾਮ ਲਿਖੋ ਸੇਸੀ ਮਨੀ ਮਨੀ ਮੇਖ ਲਈ ਦੂਸਰੀ ਸੀਗੀ ਸ਼ਿਲਪਾ ਦਾ ਕਰਮ ਓਕੇ ਇਹ ਦੋ ਪੁਸਤਕਾਂ ਸੀਗੀਆਂ ਜਿਹੜੀ ਕਿ ਪੱਲਵ ਸ਼ਾਸਕਾਂ ਦੇ ਸਮੇਂ ਕ੍ਰਾਂਚੀ ਦੇ ਵਿੱਚ ਲਿਖੀਆਂ ਗਈਆਂ ਸੀਗੀਆਂ ਦੋ ਪ੍ਰਸਿੱਧ ਪੁਸਤਕਾਂ ਹੈ ਨੈਕਸਟ ਹੈ ਚਾਲਕੀਆਂ ਨੂੰ ਹਰਾ ਕੇ ਆਪਣੇ ਪਿਤਾ ਦਾ ਪਿਤਾ ਦੀ ਹਾਰ ਦਾ ਬਦਲਾ ਕਿਸ ਸ਼ਾਸਕ ਨੇ ਲਿਆ ਸੀ ਚਾਲਕੀਆਂ ਨੂੰ ਹਰਾ ਕੇ ਆਪਣੇ ਪਿਤਾ ਦੀ ਹਾਰ ਦਾ ਬਦਲਾ ਕਿਸ ਸ਼ਾਸਕ ਨੇ ਲਿਆ ਸੀ ਇਹਨਾਂ ਦੇ ਵਿੱਚੋਂ ਸੋਸੀ ਨਰ ਸਿੰਘ ਵਰਮਨ ਪਹਿਲਾ ਸੋ ਇਸ ਨੇ ਆਪਣੇ ਪਿਤਾ ਸਿੰਘ ਵਰਮਨ ਦਾ ਜਿਹੜਾ ਹੈ ਬਦਲਾ ਲਿਆ ਸੀਗਾ ਓਕੇ ਨੈਕਸਟ ਹੈ ਸਾਂਤ ਵਹਨਾਂ ਦੇ ਸਮੇਂ ਦੂਜੀ ਸਦੀ ਈਸਵੀ ਪੂਰਵ ਦੇ ਪੂਰਬ ਤੋਂ ਰੋਮ ਅਤੇ ਦੱਖਣੀ ਭਾਰਤ ਵਿੱਚ ਕਿਸ ਮਾਰਗ ਰਾਹੀਂ ਵਪਾਰ ਹੁੰਦਾ ਸੀ ਸਾਤ ਵਹਨਾ ਦੇ ਸਮੇਂ ਦੂਜੀ ਸਦੀ ਈਸਵੀ ਪੂਰਵ ਦੇ ਵਿੱਚ ਰੋਮ ਤੇ ਦੱਖਣੀ ਭਾਰਤ ਦੇ ਵਿੱਚ ਜਿਹੜਾ ਵਪਾਰ ਹੁੰਦਾ ਸੀ ਉਹ ਕਿਸ ਮਾਰਗ ਰਾਹੀਂ ਹੁੰਦਾ ਸੀ ਸੇ ਹੁੰਦਾ ਸੀ ਸਮੁੰਦਰੀ ਮਾਰਗ ਦੇ ਰਾਹੀਂ ਸਮੁੰਦਰ ਰਾਹੀਂ ਜਿਹੜਾ ਸਾਮਾਨ ਆ ਉਹ ਭੇਜਿਆ ਜਾਂਦਾ ਸੀ ਨੈਕਸਟ ਹੈ ਪ੍ਰਾਤਨ ਸਮੇਂ ਦੇ ਵਿੱਚ ਚੀਨ ਨੂੰ ਯੂਰਪ ਦੇ ਨਾਲ ਜੋੜਨ ਵਾਲਾ ਮਾਰਗ ਜਿਹੜਾ ਉਸ ਨੂੰ ਕੀ ਕਿਹਾ ਜਾਂਦਾ ਸੀ ਵੈਰੀ ਵੈਰੀ ਇੰਪੋਰਟੈਂਟ ਹੈ ਚੀਨ ਨੂੰ ਤੇ ਯੂਰਪ ਨੂੰ ਆਪਸ ਦੇ ਵਿੱਚ ਜੋੜਨ ਵਾਲਾ ਇਹ ਸੀ ਰੇਸ਼ਮੀ ਮਾਰਗ ਸੋ ਅੱਜ ਵੀ ਪ੍ਰਚਲਿਤ ਹੈ ਰੇਸ਼ਮੀ ਮਾਰਗ ਜਿਹੜਾ ਹੈ ਸੋ ਇਸ ਤਰ੍ਹਾਂ ਹੀ ਜਿਹੜਾ ਹੈ ਮੋਸਟਲੀ ਰੇਸ਼ਮ ਜਿਹੜਾ ਹੈ ਉਹ ਪਹੁੰਚਾਇਆ ਜਾਂਦਾ ਸੀ ਜਿਸ ਦੇ ਕਾਰਨ ਸਾਰਾ ਨਾਮ ਜਿਹੜਾ ਹੈ ਉਹ ਰੇਸ਼ਮ ਮਾਰਗ ਹੀ ਪੈ ਗਿਆ ਸੀ ਜੋ ਕਿ ਚੀਨ ਨੂੰ ਤੇ ਯੂਰਪ ਨੂੰ ਜੋੜਦਾ ਸੀ ਇਹ ਵੀ ਕਾਹ ਸਕਦੇ ਹਾਂ ਏਸ਼ੀਆ ਦੇ ਨਾਲ ਤੇ ਯੂਰਪ ਨੂੰ ਜਿਹੜਾ ਮਿਲਾਉਂਦਾ ਇਹ ਇੱਕ ਮੇਨ ਜਰੀਆ ਸੀ ਨੈਕਸਟ ਹੈ 600 ਈਸਵੀ ਪੂਰਵ ਦੇ ਵਿੱਚ ਈਰਾਨ ਦੇ ਕਿਸ ਵੰਸ਼ ਦੇ ਸ਼ਾਸਕ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ ਤੇ ਕਬਜ਼ਾ ਕੀਤਾ ਸੋ ਰਾਈਟਸ ਦਾ ਅਨਸਰ ਐਚੀਮੇਡੀਨ ਨੈਟਸ ਦਾ ਸੀਗਾ ਜਿਸ ਨੇ ਕਿ 600 ਇਸਵੀ ਪੂਰਵ ਦੇ ਵਿੱਚ ਈਰਾਨ ਦੇ ਐਚੀਮੇਡੀਨ ਵੰਸ਼ ਦੇ ਸ਼ਾਸਕ ਨੂੰ ਹਰਾ ਕੇ ਭਾਰ ਦੇ ਉੱਤਰ ਪੱਛਮੀ ਭਾਗ ਦੇ ਉੱਪਰ ਕਬਜ਼ਾ ਕੀਤਾ ਨੈਕਸਟ ਹੈ 96 ਨੰਬਰ ਅਰਬਾਂ ਨੇ ਸਿੰਧ ਤੇ ਕਦੋਂ ਕਬਜ਼ਾ ਕੀਤਾ ਅਰਬਾਂ ਦੇ ਦੁਆਰਾ ਸਿੰਧ ਦੇ ਉੱਪਰ ਕਦੋਂ ਕਬਜ਼ਾ ਕੀਤਾ ਗਿਆ ਤਾਂ 712 ਇਸਵੀ ਦੇ ਵਿੱਚ ਜਿਹੜਾ ਹੈ ਅਰਬਾਂ ਨੇ ਸਿੰਧ ਦੇ ਖੇਤਰ ਦੇ ਉੱਪਰ ਆਪਣਾ ਕਬਜ਼ਾ ਜਮਾ ਲਿਆ ਸੀਗਾ ਅਰਬਨ ਅਰਬੀਅਨੇ ਭਾਰਤੀ ਸੰਖਿਆ ਪ੍ਰਣਾਲੀ ਦੀ ਕਿਸ ਸੰਖਿਆ ਦਾ ਦੁਨੀਆ ਦੇ ਵਿੱਚ ਪ੍ਰਸਾਰ ਕੀਤਾ ਅਰਬਨ ਦੇ ਦੁਆਰਾ ਸਾਡਾ ਜਿਹੜਾ ਅੰਕ ਸੀ ਸੰਖਿਆ ਜਿਹੜੀ ਉਹਨੂੰ ਪਰਚਲਿਤ ਕੀਤਾ ਗਿਆ ਸੀ ਸੋ ਇਸ ਜਿਗਾ ਜ਼ੀਰੋ ਜਿਸ ਦੀ ਖੋਜ ਸੀ ਜਿਹੜੀ ਉਹ ਆਰੀਆ ਭਟ ਦੇ ਦੁਆਰਾ ਕੀਤੀ ਗਈ ਸੀ ਸੋ ਇਹਨਾਂ ਨੂੰ ਬਾਕੀ ਦੁਨੀਆ ਤੇ ਕਿਪਛਾਉਂਦਾ ਜਿਹੜਾ ਸਿਰਾ ਜਾਂਦਾ ਹੈ ਉਹ ਅਰਬਾਂ ਦਾ ਜਾਂਦਾ ਹੈ ਅਰਬ ਲੋਕਾਂ ਨੇ ਪਹੁੰਚਾਇਆ ਸੀ ਨੈਕਸਟ ਹੈ ਇੰਡੋ ਇਸਲਾਮ ਸੰਸਕ੍ਰਿਤੀ ਦਾ ਆਰੰਭ ਕਿਸ ਦੇ ਹਮਲੇ ਦੇ ਨਾਲ ਹੁੰਦਾ ਹੈ ਇੰਡੋ ਇਸਲਾਮ ਸੰਸਕ੍ਰਿਤੀ ਦਾ ਆਰੰਭ ਹੁੰਦਾ ਹੈ ਅਰਬਾਂ ਦੇ ਹਮਲੇ ਦੇ ਨਾਲ ਜਿਦੇ ਵਿੱਚ ਇੰਡੋ ਅਤੇ ਇਸਲਾਮ ਦੋਨੋਂ ਸੰਸਕ੍ਰਿਤੀਆਂ ਮਿਲ ਜਾਂਦੀਆਂ ਨੇ ਕੁਲ ਮਿਲ ਜਾਂਦੀਆਂ ਨੇ ਨੈਕਸਟ ਹੈ ਚੰਪਾ ਤੇ ਕੰਬੋਜ ਦੇ ਸ਼ਾਸਕਾਂ ਨੇ ਕਿਸ ਧਰਮ ਦਾ ਪ੍ਰਸਾਰ ਕੀਤਾ ਚੰਪਾ ਅਤੇ ਕੰਬੋਜ ਦੇ ਸ਼ਾਸਕਾਂ ਨੇ ਕਿਸ ਧਰਮ ਦਾ ਪ੍ਰਚਾਰ ਕੀਤਾ ਸਹੀ ਸੀਗਾ Hindu ਧਰਮ ਇਸ ਦਾ ਪ੍ਰਸਾਰ ਕੀਤਾ ਸੀ ਇਹਨਾਂ ਨੇ ਜੀ ਚੰਪਾ ਤੇ ਕੰਬੋਜ ਦੇ ਸ਼ਾਸਕਾਂ ਨੇ ਨੈਕਸਟ ਹੈ ਲਾਸਟ ਕੁਐਸਚਨ ਹੈ ਕਿਹੜੀ ਲਿਪੀ ਦੱਖਣ ਪੂਰਬੀ ਏਸ਼ੀਆ ਦੀਆਂ ਦੂਜੀਆਂ ਲਿਪੀਆਂ ਦੇ ਨਾਲ ਮਿਲਦੀ ਹੈ ਕਿਹੜੀ ਲਿਪੀ ਦੱਖਣ ਪੂਰਬੀ ਏਸ਼ੀਆ ਦੇ ਦੂਜੀਆਂ ਲਿਪੀਆਂ ਦੇ ਨਾਲ ਮਿਲਦੀ ਹੈ ਸੋ ਇਹ ਲਿਪੀ ਹੈ ਇੰਡੋਨੇਸ਼ੀਆ ਲਿਪੀ ਓਕੇ ਇਹ ਲਿਪੀ ਜਿਹੜੀ ਹੈ ਮਿਲਦੀ ਹੈ ਜੀ ਦੱਖਣ ਪੂਰਬੀ ਏਸ਼ੀਆ ਦੀਆਂ ਦੂਜੀਆਂ ਲਿਪੀਆਂ ਦੇ ਨਾਲ ਯਾਨੀ ਕਿ ਸਾਰੇ ਹੀ ਏਸ਼ੀਆ ਦੇ ਜਿੰਨੇ ਭਾਗ ਨੇ ਮੋਸਟਲੀ ਉਹਨਾਂ ਦੇ ਨਾਲ ਮਿਲਦੀ ਹੈ ਇੰਡੋਨੇਸ਼ੀਆ ਲਿਪੀ ओके जी ਸੂਚੀ ਆਦਿ ਸਾਡੇ 100 ਕੁਐਸਚਨਸ ਸੋ ਉਮੀਦ ਕਰਦਾ ਕਿ ਸਾਰਿਆਂ ਲਈ ਹੈਲਪਫਲ ਰਹੇ ਹੋਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ